ओम शांति आज ਪਿਆਰੇ ਅਵਿਅਕਤ ਬਾਪਦਾਦਾ ਦੇ 25 2021 ਦੇ ਮਹਾਵਚਨ ਰਿਵਾਈਜ਼ ਕੋਰਸ 231287 ਬਾਪਦਾਦਾ ਨੇ ਅੱਜ ਆਪਣੇ ਪਿਆਰੇ ਬੱਚਿਆਂ ਨੂੰ ਤਿੰਨ ਸਥਿਤੀਆਂ ਵਰਣਨ ਕਰਨਾ ਮਨਨ ਕਰਨਾ ਅਤੇ ਮਘਨ ਸਥਿਤੀ ਵਿੱਚ ਰਹਿਣਾ ਇੰਨਾਂ ਸਥਿਤੀਆਂ ਬਾਰੇ ਬੜਾ ਵਿਸਤਾਰ ਪੂਰਵਕ ਸਮਝਾਇਆ ਤਾਂ ਅੱਜ ਦੀ ਮੁਰਲੀ ਦਾ ਜੋ ਮੇਨ ਹੈਡਿੰਗ ਹੈ ਮਨਨ ਸ਼ਕਤੀ ਅਤੇ ਮਘਨ ਸਥਿਤੀ ਅੱਜ ਡਬਲ ਤਾਸਤਾਰੀ ਡਬਲ ਰਾਜ ਅਧਿਕਾਰੀ ਬਣਾਉਣ ਵਾਲੇ ਬਾਪ ਵਿਸ਼ੇਸ਼ ਆਪਣੇ ਡਬਲ ਵਿਦੇਸ਼ੀ ਬੱਚਿਆਂ ਨਾਲ ਮਿਲਨ ਮਨਾਉਣ ਦੇ ਲਈ ਆਏ ਹਨ ਬਾਪ ਦਾਦਾ ਦੇਖ ਰਹੇ ਹਨ ਕਿ ਚਾਰੋਂ ਤਰਫ ਦੇ ਡਬਲ ਵਿਦੇਸ਼ੀ ਸਹਿਯੋਗੀ ਸਦਾ ਸੇਵਾ ਦੇ ਉਮੰਗ ਉਤਸ਼ਾਹ ਨਾਲ ਸਨੇਹ ਅਤੇ ਸੇਵਾ ਦੋਨਾਂ ਵਿੱਚ ਅੱਗੇ ਵਧਦੇ ਜਾ ਰਹੇ ਹਨ ਹਰ ਇੱਕ ਦੇ ਮਨ ਵਿੱਚ ਇਹ ਉਤਸ਼ਾਹ ਹੈ ਕਿ ਅਸੀਂ ਬਾਪ ਦਾਦਾ ਦੀ ਪਰਤਖਤਾ ਦਾ ਝੰਡਾ ਲਹਿਰਾਉਣਾ ਹੈ ਹਰ ਦਿਨ ਬਾਪ ਦਾਦਾ ਨਾਲ ਯਾਦ ਦੁਆਰਾ ਮਿਲਨ ਮਨਾਉਣ ਦਾ ਚਾਹੇ ਸੇਵਾ ਦੁਆਰਾ ਪਰਤੱਖ ਫਲ ਪ੍ਰਾਪਤ ਹੋਣ ਦੇ ਅਨੁਭਵ ਦੇ ਉਤਸ਼ਾਹ ਵਿੱਚ ਦੋਨੇ ਉਤਸ਼ਾਹ ਹਰ ਵਕਤ ਹਰ ਦਿਨ ਉਤਸਵ ਦਾ ਮਨ ਅਨੁਭਵ ਕਰਮਦੇ ਹਨ ਦੁਨੀਆ ਬਾਬਾ ਨੇਕਾ ਦੁਨੀਆ ਦੇ ਲੋਕ ਵਿਸ਼ੇਸ਼ ਉਤਸਵ ਦੇ ਦਿਨ ਉਤਸਾਹ ਦਾ ਅਨੁਭਵ ਕਰਦੇ ਪ੍ਰੰਤੂ ਬ੍ਰਾਹਮਣ ਆਤਮਾਵਾਂ ਦੇ ਲਈ ਸੰਗਮ ਯੁਗ ਹੀ ਉਤਸਾਹ ਦਾ ਯੁਗ ਹੈ ਹਰ ਦਿਨ ਨਵਾਂ ਉਤਸਾਹ ਨਵਾਂ ਉਮੰਗ ਭੁਲਾਸ ਆਪਣੇ ਆਪ ਹੀ ਅਨੁਭਵ ਹੁੰਦਾ ਹੈ ਇਸ ਲਈ ਸੰਗਮ ਯੁਗ ਦੇ ਹਰ ਦਿਨ ਖੁਸ਼ੀ ਦੀ ਖੁਰਾਕ ਖਾਂਦੇ ਬਾਪ ਦੁਆਰਾ ਅਨੇਕ ਪ੍ਰਾਪਤੀਆਂ ਦੇ ਗੁਣ ਗਾਉਂਦੇ ਡਬਲ ਲਾਈਟ ਬੰਦ ਸਦਾ ਉਤਸ਼ਾਹ ਵਿੱਚ ਨੱਚਦੇ ਰਹਿੰਦੇ ਹਨ ਉਤਸਵ ਵਿੱਚ ਵੀ ਕੀ ਕਰਦੇ ਹਨ ਜਦੋਂ ਕੋਈ ਵੀ ਅਸੀਂ ਉਤਸਵ ਮਨਾਉਂਦੇ ਤਾਂ ਬਾਬਾ ਕਹਿੰਦੇ ਕੀ ਕਰਦੇ ਖਾਂਦੇ ਹਨ ਗਾਉਂਦੇ ਹਨ ਨੱਚਦੇ ਹਨ ਹੁਣ ਵਿਦੇਸ਼ ਵਿੱਚ ਵਿਸ਼ੇਸ਼ ਵਿਸ਼ੇਸ਼ ਉਤਸਵ ਕਿਹੜਾ ਮਨਾਉਂਦੇ ਬਾਬਾ ਦੀ ਮੋਰਲੀ ਤੇਈ ਦਸੰਬਰ ਨੂੰ ਚੱਲੀ 25 ਦਸੰਬਰ ਦਾ ਦਿਨ ਅਸੀਂ ਯਾਦ ਕਰਦੇ ਕਿ 크리스마ਸ ਡੇ ਮਨਾਉਂਦੇ ਹੁਣ ਵਿਦੇਸ਼ ਵਿੱਚ ਵਿਸ਼ੇਸ਼ 크리스마ਸ ਮਨਾਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ ਖਾਣਾ ਗਾਉਣਾ ਵਜਾਉਣਾ ਅਤੇ ਨੱਚਣਾ ਇਹੀ ਕਰਨਗੇ ਨਾ ਅਤੇ ਮੇਲਣ ਮਨਾਉਣਗੇ ਤੁਸੀਂ ਹਰ ਦਿਨ ਕੀ ਕਰਦੇ ਹੋ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਇਹੀ ਕਰਮ ਕਰਦੇ ਹੋ ਨਾ seva vi karde ho seva arthat gyan dance karde ho bap dada de guna de geet atmavanu sunaunde ho ta har din utsav manaunde hon koi din es tarah da nahi jo sacche brahman e kaam na karde hon utsav manaunda utsah vich rehnda oh ta 1 2 nal manaunde ਪਰੰਤੂ ਬਾਪ ਦਾਦਾ ਸਾਰੇ ਬ੍ਰਾਹਮਣ ਬੱਚਿਆਂ ਨਾਲ ਇਸ ਤਰ੍ਹਾਂ ਸ਼੍ਰੇਸ਼ਟ ਬਣਾਉਂਦੇ ਹਨ ਇਸ ਤਰ੍ਹਾਂ ਦੀ 골ਡਨ ਗਿਫਟ ਦਿੰਦੇ ਹਨ ਜੋ ਸਦਾ ਦੇ ਲਈ ਸੰਪਨ ਸਦਾ ਪਰਪੂਰ ਬਣ ਜਾਂਦੇ ਹੋ ਓ ਕ੍ਰਿਸਮਸ ਫਾਦਰ ਨੂੰ ਯਾਦ ਕਰਦੇ ਤੁਸੀਂ ਕ੍ਰਿਸਮਸ ਵਰਗਾ ਮਿੱਠਾ ਬਣਾਉਣ ਵਾਲੇ ਪਿਤਾ ਨੂੰ ਯਾਦ ਕਰਦੇ ਹੋ ਬਾਬਾ ਨੇ ਕਿਹਾ ਐਨੀਆਂ ਸੋਗਾਤਾਂ ਮਿਲਦੀਆਂ ਜੋ ਇੱਕੇ ਜਨਮਾ ਤੱਕ ਚਲਦੀਆਂ ਰਹਿੰਦੀਆਂ ਹਨ ਜਿਵੇਂ ਉਹ ਲੋਕ ਕ੍ਰਿਸਮਸ ਟਰੀ ਸਜਾਉਂਦੇ ਬਾਪ ਦਾਦਾ ਇਸ ਬੇਹੱਦ ਦੇ ਵਰਲਡ ਮਾਣਾ ਦੁਨਿਆਵੀ ਜਿਹੜਾ ਵਰਲਡ ਟਰੀ ਹੈ ਦੁਨਿਆਵੀ ਚਾੜ੍ਹ ਹੈ ਉਸ ਵਿੱਚ ਤੁਸੀਂ ਚਮਕਦੇ ਹੋਏ ਸਿਤਾਰਿਆਂ ਨੂੰ ਸੰਗਮਯੁਗ ਸ੍ਰੇਸ਼ਟ ਧਰਤੀ ਦੇ ਸਿਤਾਰਿਆਂ ਨੂੰ ਅਵਿਨਾਸ਼ੀ ਲਾਈਟ ਮਾਈਟ ਸਰੂਪ ਵਿੱਚ ਸਿਤ ਹੋਣ ਦਾ ਅਨੁਭਵ ਕਰਾਉਂਦੇ ਹਨ ਉਹ ਲੋਕ ਵੀ ਸਿਤਾਰੇ ਮਾਣਾ ਸਟਾਰਸ ਨੂੰ ਮੰਨਦੇ ਸਟਾਰਸ ਨੂੰ ਸਜਾਉਂਦੇ ਹਨ ਤੁਹਾਡਾ ਚਮਕਦਿਆਂ ਹੋਈਆਂ ਆਤਮਾ ਰੂਪੀ ਸਿਤਾਰਿਆਂ ਦਾ ਵੀ ਲਾਈਟ ਦੇ ਰੂਪ ਵਿੱਚ ਦਿਖਾਉਂਦੇ ਹਨ ਅਤੇ ਲਾਈਟ ਨਾਲ ਸਜਾਉਂਦੇ ਹਨ ਜੋ 크ਿਸਮਸ ਦੀਪ ਟਰੀ ਬਣਾਉਂਦੇ ਉਸ ਵਿੱਚ ਸਟਾਰਸ ਦਿਖਾਉਂਦੇ 바ਵਾ ਕਹਿੰਦੇ ਸਟਾਰਸ ਨਾਲ ਸਜਾਉਂਦੇ ਜਾਂ ਫੁੱਲਾਂ ਨਾਲ ਸਜਾਉਂਦੇ ਹਨ ਇਹ ਕਿਸ ਦਾ ਯਾਦਗਾਰ ਹੈ ਰੋਹਾਨੀ ਖਸ਼ਬੂਦਾਰ ਫੁੱਲਾਂ ਬ੍ਰਾਹਮਣ ਆਤਮਾਵਾਦਾ ਇਹ ਸਾਰੇ ਉਤਸਵ ਤੁਹਾਡੇ ਸੰਗਮਯੁਗੀ ਬ੍ਰਾਹਮਣਾ ਦੇ ਉਤਸ਼ਾਹ ਪਰੇ ਉਤਸਵਾਂ ਦੇ ਯਾਦਗਾਰ ਹਨ ਆਪਣਾ ਹੀ ਯਾਦਗਾਰ ਤੁਸੀਂ ਦੇਖ ਰਹੇ ਹੋ अविनाशी बाप द्वारा अविनाशी रतन बनदे हो इसलिए अंतिम जन्म तक भी तुसे अपना यादगार देखदे हो बाबा कहते डबल रूप दा यादगार देख रहे हो संगम संगम युग दे रूप विच यादगार वख वख रूप नाल वख वख रीति नाल दिखांदे हन अते दूसरा पविक्रूप दा देव पद दा यादगार देख रहे हो ਆਪਣਾ ਯਾਦਗਾਰ ਦੇਖ ਯਾਦ ਆਉਂਦਾ ਹੈ ਨਾ ਕਿ ਅਸੀਂ ਕਲਪ ਦੀਆਂ ਇਸ ਤਰ੍ਹਾਂ ਵਿਸ਼ੇਸ਼ ਆਤਮਾਵਾਂ ਬਣਦੇ ਹਾਂ ਬਾਪ ਦਾਦਾ ਇਸ ਤਰ੍ਹਾਂ ਸਦਾ ਯਾਦ ਵਿੱਚ ਰਹਿਣ ਵਾਲੇ ਜਿਨ੍ਹਾਂ ਦਾ ਯਾਦਗਾਰ ਹੁਣ ਹੈ ਇਸ ਤਰ੍ਹਾਂ ਦੇ ਬੱਚਿਆਂ ਨੂੰ ਦੇਖ ਕੇ ਹਰਸ਼ਿਤ ਹੁੰਦੇ ਹਨ ਯਾਦ ਦਾ ਮਹੱਤਵ ਯਾਦਗਾਰ ਦੇਖ ਰਹੇ ਹੋ ਬਾਪ ਦਾਦਾ ਨੂੰ ਡਬਲ ਵਿਦੇਸ਼ੀ ਬੱਚਿਆਂ ਨੂੰ ਦੇਖ ਕੇ ਡਬਲ ਖੁਸ਼ੀ ਕਿਉਂ ਹੁੰਦੀ ਹੈ ਇੱਕ ਤਾਂ ਬਾਬਾ ਨੇ ਡਬਲ ਵਿਦੇਸ਼ੀ ਬੱਚਿਆਂ ਲਈ ਕਿਹਾ ਇੱਕ ਤਾਂ ਕੋਨੇ-ਕੋਨੇ ਤੋਂ ਕਲਪ ਪਹਿਲਾਂ ਦੇ ਵਿਛੜੇ ਹੋਏ ਖੋਏ ਹੋਏ ਬੱਚੇ ਫਿਰ ਤੋਂ ਮਿਲ ਗਏ ਖੋਈ ਹੋਈ ਚੀਜ਼ ਮਿਲ ਜਾਵੇ ਤਾਂ ਕਿੰਨੀ ਖੁਸ਼ੀ ਹੁੰਦੀ ਹੈ ਦੂਸਰੀ ਗੱਲ ਡਬਲ ਵਿਦੇਸ਼ੀ ਬੱਚਿਆਂ ਦੀ ਹੈ ਜੋ ਵੱਖ ਧਰਮ ਵਾਖਰੀ ਰੀਤੀ ਰਸਮ ਦੇ ਪਰਦੇ ਦੇ ਅੰਦਰ ਛੁਪੇ ਹੋਏ ਇਸ ਪਰਦੇ ਨੂੰ ਸਹਿਜ ਸਮਾਪਤ ਕਰ ਬਾਪ ਦੇ ਬਣ ਗਏ ਜੋ ਵੀ ਅਲੱਗ-ਅਲੱਗ ਪਰਦੇ ਸੀ ਚਾਹੇ ਉਹ ਤਰਮਦਾਸੀ ਜਾਂ ਕੋਈ ਵੀ ਪ੍ਰਕਾਰ ਦਾ ਸੀ ਉਸ ਦੇ ਵਿੱਚੋਂ ਵੀ ਬਾਪ ਨੂੰ ਪਹਿਚਾਣ ਲਿਆ ਪਰਦੇ ਦੇ ਅੰਦਰ ਤੋਂ ਵੀ ਬਾਪ ਨੂੰ ਜਾਣਣ ਦੀ ਵਿਸ਼ੇਸ਼ਤਾ ਡਬਲ ਵਿਦੇਸ਼ੀਆਂ ਦੀ ਹੈ ਤਾਂ ਡਬਲ ਖੁਸ਼ੀ ਹੋ ਗਈ ਨਾ ਅੱਜ ਬਾਪदादा ਵਤਨ ਵਿੱਚ ਤਿੰਨ ਪ੍ਰਕਾਰ ਦੇ ਬੱਚੇ ਦੇਖ ਰਹੇ ਸਨ ਤਿੰਨ ਪ੍ਰਕਾਰ ਕਿਹੜੇ ਪਹਿਲੇ ਵਰਣਨ ਕਰਨ ਵਾਲੇ ਦੂਸਰੇ ਮਨਨ ਕਰਨ ਵਾਲੇ ਤੀਸਰੇ అనుభవ ਵਿੱਚ ਮਘਨ ਰਹਿਣ ਵਾਲੇ ਇਹ ਤਿੰਨ ਪ੍ਰਕਾਰ ਦੇ ਬੱਚੇ ਦੇਸ਼ ਵਿਦੇਸ਼ ਵਿੱਚ ਸਾਰੇ ਬੱਚੇ ਦੇਖੇ ਵਰਣਨ ਕਰਨ ਵਾਲੇ ਬ੍ਰਾਹਮਣ ਵੀ ਅਨੇਕ ਦੇਖੇ ਹੁਣ ਗਿਆਨ ਦਾ ਵਿਸਤਾਰ ਦਾ ਵਰਣਨ ਕਰਨਾ ਗਿਆਨ ਤਾਂ ਛੋਟਾ ਬੱਚਾ ਵੀ ਸੁਣਾ ਸਕਦਾ ਹੈ ਤਾਂ ਬਾਬਾ ਕਹਿੰਦੇ ਵਰਣਨ ਕਰਨ ਵਾਲੇ ਅਨੇਕ ਦੇਖੇ ਮਨਨ ਕਰਨ ਵਾਲੇ ਵਿਚਾਰ ਵਾਲੀ ਸੰਖਿਆ ਵਿੱਚ ਦੇਖੇ ਉਸ ਤੋਂ ਘੱਟ ਸੰਖਿਆ ਵਿੱਚ ਦੇਖੇ ਅਤੇ ਅਨੁਭਵ ਵਿੱਚ ਮਘਨ ਰਹਿਣ ਵਾਲੇ ਉਸ ਤੋਂ ਵੀ ਘੱਟ ਸੰਖਿਆ ਵਿੱਚ ਦੇਖੇ ਵਰਣਨ ਕਰਨਾ অতি ਸਹਿਜ ਹੈ ਕਿਉਂਕਿ ਤ੍ਰੇਟ ਜਨਮਾਂ ਦੇ ਸੰਸਕਾਰ ਹਨ ਵਰਣਨ ਦੇ ਨਾਲ-ਨਾਲ ਦੇਹ ਅਭਿਮਾਨ ਵਿੱਚ ਆਉਣ ਦੇ ਕਾਰਨ ਵਿਅਰਥ ਬੋਲਣਾ ਇਹ ਪੱਕੇ ਸੰਸਕਾਰ ਰਹੇ ਹਨ ਕਿੱਥੇ ਵਿਅਰਥ ਜਿੱਥੇ ਵਿਅਰਥ ਬੋਲ ਹੁੰਦਾ ਹੈ ਉੱਥੇ ਵਿਸਤਾਰ ਆਪਣੇ ਆਪ ਹੀ ਹੋ ਜਾਂਦਾ ਹੈ ਵਰਣਨ ਕਰਨ ਵਾਲੇ ਵਰਣਨ ਕਰਨ ਦੇ ਕਾਰਨ ਸ਼ਕਤੀ ਅਤੇ ਖੁਸ਼ੀ ਦਾ ਅਨੁਭਵਤਾ ਕਰਦੇ ਪਰੰਤੂ ਸਦਾ ਕਾਲ ਦਾ 바ਵਾ ਕਹਿੰਦੇ ਪਰੰਤੂ ਸਦਾ ਕਾਲ ਦਾ ਨਹੀਂ ਦੂਸਰੇ ਹਨ ਮਨਨ ਕਰਨ ਵਾਲੇ ਜੋ ਸਦਾ ਜੋ ਵੀ ਸੁਣਦੇ ਹਨ ਉਸ ਨੂੰ ਮਨਨ ਕਰ ਖੁਦ ਵਿੱਚ ਗਿਆਨ ਦੀ ਹਰ ਪੁਆਇੰਟ ਦਾ ਸਰੂਪ ਬਣਦੇ ਹਨ ਮਨਨ ਸ਼ਕਤੀ ਵਾਲੇ ਗੁਣ ਸਰੂਪ ਸ਼ਕਤੀ ਸਰੂਪ ਗਿਆਨ ਸਰੂਪ ਆਪਣੇ ਆਪ ਹੀ ਸਹਿਜ ਬਣ ਜਾਂਦੇ ਹਨ ਕਿਉਂਕਿ ਮਨਨ ਕਰਨਾ ਅਰਥਾਤ ਬੁੱਧੀ ਦੁਆਰਾ ਗਿਆਨ ਦੇ ਭੋਜਨ ਨੂੰ ਹਜ਼ਮ ਕਰਨਾ ਮਨਨ ਸ਼ਕਤੀ ਵਾਲੇ ਸਾਰੀਆਂ ਗੱਲਾਂ ਵਿੱਚ ਸ਼ਕਤੀਸ਼ਾਲੀ ਆਤਮਾ ਵਾਂ ਬਣਦੇ ਹਨ ਦੂਸਰਾ ਮਨਨ ਕਰਨ ਦੇ ਕਾਰਨ ਸ਼ਕਤੀਸ਼ਾਲੀ ਬਨਣ ਦੇ ਕਾਰਨ ਸਵੈ ਸਥਿਤੀ ਕੋਈ ਵੀ ਪਰਸਥਿਤੀ ਵਿੱਚ ਹਾਰ ਨਹੀਂ ਖਿਲਾ ਸਕਦੀ ਤਾਂ ਮਨਨ ਸ਼ਕਤੀ ਵਾਲਾ ਅੰਤਰਮੁਖੀ ਸਦਾ ਸੁਖੀ ਰਹਿੰਦਾ ਹੈ ਹੁਣ ਤੀਸਰੇ ਬੱਚੇ ਸਦਾ ਸਰਵअनुਪਵਾ ਵਿੱਚ ਮਗਨ ਰਹਿਣ ਵਾਲੇ ਬਾਬਾ ਨੇ ਉਸ ਲਈ ਦੱਸਿਆ ਮਨਨ ਕਰਨਾ ਦੂਸਰੀ ਸਟੇਜ ਹੈ ਪਰੰਤੂ ਮਨਨ ਕਰਦੇ ਹੋਏ ਮਗਨ ਰਹਿਣਾ ਇਹ ਪਹਿਲੀ ਸਟੇਜ ਹੈ ਮਗਨ ਰਹਿਣ ਵਾਲੇ ਸਵੈਤੇ ਹੀ ਨਰਵਿਗੰਤਾ ਰਹਿੰਦੇ ਪਰੰਤੂ ਉਸ ਤੋਂ ਵੀ ਉੱਚੀ ਨਰਵਿਗਨ ਵਿਨਾਸ਼ਕ ਸਥਿਤੀ ਰਹਿੰਦੀ ਹੈ ਅਰਥਾਤ ਖੁਦ ਨਰਵਿਗਨ ਬਣ ਹੋਰਾ ਨੂੰ ਵੀ ਵਿਗਨ ਵਿਨਾਸ਼ਕ ਬਣ ਸਹਿਯੋਗੀ ਬਣਦੇ ਹਨ ਮਹਾਨ ਰ ਮगन ਰਹਿਣ ਵਾਲੀਆਂ ਆਤਮਾਵਾਂ ਬਾਪ ਸਮਾਨ ਹੋਣ ਦੇ ਕਾਰਨ ਸਵਤੇ ਹੀ ਬੇहद ਦੇ ਵੈਰਾਗ વૃਤੀ ਵਾਲੀਆਂ ਬੇहद ਦੇ ਸੇਵਾਤਾਰੀ

શ્રેષ્ઠ આત્મા અનુભવ કરણવાળે સદા મનન શક્તિ દ્વારા મહાન સ્થિતિ કરણવાળે સદા બાપ સમાન અનુભવી માસ્ટર ઓલમાઈટી સ્થિતિ દે અનુભવી મૂરત બનણવાળે સદા આપણે શક્તિશાલી પૂજનીય સ્થિતિનું પ્રાપ્ત કરણવાળે એ સતરા દે નંબર વન સદા વિજય બચ્યાનું બાપ દાદા યાદ પ્યાર अते नमस्ते वरदान है अपने जित अति सफलता नो निश्चित समझ के सदा निश्चिंत रहण वाले ही निश्चय बुद्धि पव जो बच्चे सदा बाप विच अपने आप दे पार्ट विच अति ड्रामा दी हर सेकंड दी एक्ट विच 100 प्रतिशत निश्चय बुद्धि हन ਉਨ੍ਹਾਂ ਦੀ ਜਿੱਤ ਅਤੇ ਸਫਲਤਾ ਨਿਸ਼ਚਿਤ ਹੈ। ਨਿਸ਼ਚਿਤ ਜਿੱਤ ਹੋਣ ਦੇ ਕਾਰਨ ਉਹ ਸਦਾ ਨਿਸ਼ਚਿੰਤ ਰਹਿੰਦੇ ਹਨ। ਉਨ੍ਹਾਂ ਦੇ ਚਿਹਰੇ ਤੇ ਚਿੰਤਾ ਦੀ ਕੋਈ ਵੀ ਰੇਖਾ ਦਿਖਾਈ ਨਹੀਂ ਦਿੰਦੀ। ਉਹਨਾਂ ਨੂੰ ਸਦਾ ਨਿਸ਼ਚੈ ਰਹਿੰਦਾ ਕਿ ਇਹ ਕੰਮ ਤਾਂ ਜਾਂ ਇਹ ਸੰਕਲਪ ਸਿੱਧ ਹੋਇਆ ਹੀ ਪਿਆ ਹੈ। ਉਹਨਾਂ ਨੂੰ ਕਿਸੇ ਵੀ ਗੱਲ ਵਿੱਚ ਪ੍ਰਸ਼ਨ ਨਹੀਂ ਉੱਠ ਸਕਦਾ। ਸਲੋਗਨ ਹੈ ਸੋਨਨ ਸਨਾਉਣ ਵਿੱਚ ਭਾਵਨਾ ਅਤੇ ਭਾਵ ਨੂੰ ਬਦਲ ਦੇਣਾ ਹੀ ਵਾਯੂ ਮੰਡਲ ਨੂੰ ਖਰਾਬ ਕਰਨਾ ਹੈ। ਅੱਛਾ ਓਮ ਸ਼ਾਂਤੀ